ਕਿਹਾ ਬਾਬਾ ਜੀ ਸੁਣਾਓ ਕੀ ਹਾਲ ਹੈ। ਹਾਂਜੀ ਉਹ ਆਂਦੇ ਨੇ ਦਸਾਂ ਅੱਜ ਮੈਂ ਆਪਣੇ ਫੋਲ ਕੇ ਹਾਲ ਕਿਹੜੇ, ਨਾ ਉਹ ਰੰਗ ਰਿਹਾ ਨਾ ਉਹ ਰੂਪ ਰਿਹਾ, ਨਾ ਸ਼ਿਕਾਰ ਨਾ ਬਾਰ ਜੰਗਲ ਨਾ ਉਮਰ ਦਾ ਸ਼ੇਰ ਪਲੰਘ ਰਿਹਾ, ਨਾ ਉਹ ਸ਼ਾਨ ਨਾ ਹੁਸਨ ਕਮਾਨ ਰਹੀ, ਨਾ ਨੈਣਾਂ ਦਾ ਤੀਰ ਤਫੰਗ ਰਿਹਾ, ਨਾ ਉਹ ਲਾਲੀ ਹੁਸਨ ਮੈਦਾਨ ਖਾਲੀ, ਨਾ ਜ਼ੁਲਫ ਦਾ ਨਾਮ ਪਲੰਘ ਰਿਹਾ, ਨਾ ਉਹ ਜ਼ੋਰ ਨਾ ਟੋਰ ਜਵਾਨੀਆਂ ਦੀ, ਨਾ ਕੋਈ ਨਾਲ ਜ਼ਰੂਰਤਾਂ ਖੰਘ ਰਿਹਾ, ਨਾ ਇਸ਼ਕ ਆਜ਼ਾਦ ਮਜ਼ਾਕਤਾਂ ਨੇ, ਨਾ ਭੋਗੁਰ ਦਾ ਦਰਸ਼ਨ ਮੰਗ ਰਿਹਾ, ਨਾ ਉਹ ਪਾਣੀ ਨਾ ਉਹ ਬਰਗਾਬੀਆਂ ਨੇ, ਨਾ ਉਹ ਮਾਘ ਬੰਗਲਾ ਕੂੰਜ ਕੁਲੰਘ ਰਿਹਾ, ਨਾ ਉਹ ਫੁੱਲ ਨਾ ਉਹ ਰਹੀ ਬੁਲਬੁਲ, ਨਾ ਉਹ ਲਾੜ ਤੇ ਨਾ ਉਹ ਪਤੰਗ ਰਿਹਾ, ਨਾ ਉਹ ਬਹਾਰ ਨਾ ਉਹ ਗੁਲਜ਼ਾਰ ਰਹੀ, ਨਾ ਉਹ ਬਹਾਰ ਨਾ ਉਹ ਗੁਲਜ਼ਾਰ ਰਹੀ, ਨਾ ਭੌਰ ਖਲਾਰ ਦਾ ਖੰਭ ਰਿਹਾ, ਤੇ ਨਾ ਉਹ ਸ਼ਹਿਰ ਬੰਬੋਰ ਨਾ ਰਹੀ ਸੱਸੀ, ਨਾ ਉਹ ਪਤਨਾ ਦੇ ਖਿੱਚਦਾ ਤਾਂ